ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਲੀਗਲ ਐਕਸ ਕੈਨੇਡਾ। ਅੱਜ ਦੇ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਜਿਹੜਾ ਕਿ ਮੋਸਟ ਅਵੇਟਿਡ ਟੋਪਿਕ ਹੈਗਾ। ਕਾਫੀ ਕੁਐਰੀਜ਼ ਆਉਂਦੀਆਂ ਮੈਨੂੰ ਸੋਸ਼ਲ ਮੀਡੀਆ 'ਤੇ ਕਿ ਕੋਰਸ ਜਿਹੜਾ ਆਪਣਾ ਪ੍ਰੋਗਰਾਮ ਹੈ ਮਾਸਟਰ ਆਫ ਮੈਨੇਜਮੈਂਟ ਜੋ ਮੈਂ ਸਟੱਡੀ ਕਰ ਰਿਹਾ ਇੱਥੇ ਗ੍ਰੈਂਡਲ ਯੂਨੀਵਰਸਿਟੀ ਦੇ ਵਿੱਚ, ਮਤਲਬ ਇਹਦਾ ਓਵਰਵਿਊ ਕੀ, ਇਹਦਾ ਮਤਲਬ ਫੋਰਮੈਟ ਕੀ ਹੈ ਸਟੱਡੀ ਦਾ, ਹੈ ਨਾ। ਸੋ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਮੈਂ ਗੱਲਬਾਤ ਕਰੂੰਗਾ। ਸੋ ਜੇ ਮੈਂ ਮੋਟੀ ਮੋਟੀ ਤੁਹਾਨੂੰ ਬੇਸਿਕ ਡਿਫਰੈਂਸ ਦੱਸਾਂ ਨਾ, ਜੇ ਤੁਸੀਂ ਬੈਚਲਰ ਡਿਗਰੀ ਇੰਡੀਆ ਤੋਂ ਕੀਤੀ ਹੋਈ ਹੈ ਤਾਂ ਇੱਕ ਚੀਜ਼ ਸੋਚ ਕੇ ਆਇਓ ਕਿ ਇੰਡੀਆ ਦੀ ਜੋ ਵੀ ਐਜੂਕੇਸ਼ਨ ਹੈ ਉਹਦੇ ਤੋਂ ਕੰਪਲੀਟਲੀ ਡਿਫਰੈਂਟ ਹੈ ਇੱਥੋਂ ਦੀ ਐਜੂਕੇਸ਼ਨ। ਕਹਿਣ ਦਾ ਮਤਲਬ ਬਈ, ਜੋ ਇੱਥੇ ਆਪਣਾ ਪ੍ਰੋਗਰਾਮ ਹੈ ਮਾਸਟਰ ਆਫ ਮੈਨੇਜਮੈਂਟ ਦਾ, ਪਹਿਲੀ ਗੱਲ ਤਾਂ ਜਿਵੇਂ ਇਹ ਮਾਸਟਰ ਡਿਗਰੀ ਆ ਗਈ, ਠੀਕ ਹੈ। ਸੋ ਮਾਸਟਰ ਡਿਗਰੀ ਦੇ ਵਿੱਚ ਇਹ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਕਿ ਮਤਲਬ ਥੋੜ੍ਹੀ ਤੁਹਾਡੇ 'ਚ ਮੈਚੋਰਿਟੀ ਹੈਗੀ ਹੈ, ਤੁਹਾਨੂੰ ਰਿਸਰਚ ਕਰਨ ਦੀ ਨੌਲੇਜ ਹੈਗੀ ਹੈ, ਤੁਸੀਂ ਪ੍ਰੈਜੈਂਟੇਸ਼ਨ ਕਰਨੀਆਂ ਜਾਣਦੇ ਹੋ, ਪ੍ਰਜੈਂਟ ਕਰਨਾ ਜਾਣਦੇ ਹੋ, ਹੈ ਨਾ। ਸੋ ਇਹ ਇੱਕ ਇਹਨਾਂ ਦੀ ਬਹੁਤ ਬੇਸਿਕ ਅਜ਼ੰਪਸ਼ਨਸ ਹੁੰਦੀਆਂ ਤੁਹਾਡੇ ਤੋਂ ਕਿ ਤੁਸੀਂ ਇੰਨੇ ਕੁ ਮੈਚੋਰਡ ਹੈਗੇ ਹੋ ਕਿ ਜੇ ਅਸੀਂ ਤੁਹਾਨੂੰ ਕੋਈ ਟੋਪਿਕ ਦਈਏ, ਤੁਹਾਨੂੰ ਕੋਈ ਆਰਟੀਕਲ ਦਈਏ, ਹੈ ਨਾ, ਉਹਦੇ 'ਤੇ ਤੁਸੀਂ ਰਿਸਰਚ ਆਪਦਾ ਹੋਮਵਰਕ ਕਰ ਸਕਦੇ ਹੋ। ਕਿਉਂਕਿ ਕੋਈ ਵੀ ਸਾਡੀ ਕਲਾਸ ਹੁੰਦੀ ਹੈ ਨਾ, ਉਦੋਂ ਪਹਿਲਾਂ ਸਾਨੂੰ ਇੱਕ ਜਿਵੇਂ ਆਰਟੀਕਲ ਹੋ ਗਏ ਜਾਂ ਕੋਈ ਬੁੱਕਸ ਦੇ ਚੈਪਟਰ ਹੋ ਗਏ ਜਿਹਦੇ 'ਤੇ ਪ੍ਰੋਫੈਸਰ ਨੇ ਪ੍ਰਜੈਂਟ ਕਰਨਾ ਹੈ ਲੈਕਚਰ, ਉਹ ਸਾਨੂੰ ਇੱਕ ਵਾਰੀ ਗੋ ਥਰੂ ਹੋਣਾ ਪੈਂਦਾ ਇਨ ਮੋਸਟ ਆਫ ਦੀ ਕੋਰਸਿਸ। ਮਤਲਬ ਐਂ ਨਹੀਂ ਬਈ ਤੁਸੀਂ ਜਿਵੇਂ ਪਹਿਲੇ ਦਿਨ ਆਓ ਤਾਂ ਪਹਿਲੇ ਦਿਨ ਹੀ ਐਂ ਹੋ ਜੂਗਾ, ਮਤਲਬ ਜਿਵੇਂ ਜਿਵੇਂ ਉਹ ਤੁਹਾਡਾ ਪ੍ਰੋਗਰਾਮ ਅੱਗੇ ਵਧੂਗਾ ਨਾ, ਇਸ ਤਰ੍ਹਾਂ ਨਾਲ ਕੋਂਪਲੀਕੇਸ਼ਨਸ ਵਧਾਉਂਦੇ ਰਹਿੰਦੇ ਹੈ, ਠੀਕ ਹੈ। ਅਤੇ ਇੱਕ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੋ ਤੁਹਾਨੂੰ ਇੰਡੀਆ ਵਿੱਚ ਜੇ ਤੁਸੀਂ ਮਤਲਬ ਆਪਦੀ ਹੋਮ ਕੰਟਰੀ ਤੋਂ ਜੇ ਤੁਸੀਂ ਅਪਲਾਈ ਕਰ ਰਹੇ ਹੋ ਕੈਨੇਡਾ ਦੇ ਲਈ ਅਤੇ ਮਾਸਟਰ ਡਿਗਰੀ ਸਪੈਸ਼ਲੀ ਜੇ ਕਰਨੀ ਹੈ, ਮੈਨੂੰ ਦੂਸਰੀ ਮਾਸਟਰ ਡਿਗਰੀਜ਼ ਦਾ ਨਹੀਂ ਪਤਾ, ਬਟ ਮਾਸਟਰ ਆਫ ਮੈਨੇਜਮੈਂਟ ਜੋ ਪ੍ਰੋਗਰਾਮ ਹੈ ਕੈਨੇਡਾ ਯੂਨੀਵਰਸਿਟੀ ਦਾ, ਇਹਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਸਮਝ ਲਓ ਕਿ ਜਿਹੜਾ ਮਾਸਟਰ ਆਫ ਮੈਨੇਜਮੈਂਟ ਪ੍ਰੋਗਰਾਮ ਇਹਨਾਂ ਨੇ ਡਿਜ਼ਾਈਨ ਕੀਤਾ ਨਾ, ਯੂਨੀਵਰਸਿਟੀ ਨੇ ਜਿਵੇਂ ਇੱਕ ਪ੍ਰੋਫੈਸਰ ਹਾਇਰ ਕਰ ਲਏ, ਠੀਕ ਹੈ, ਅੱਗੋਂ ਪ੍ਰੋਫੈਸਰ ਦੀ ਮਰਜ਼ੀ ਹੈ ਕਿ ਉਹਨਾਂ ਨੇ ਆਪਦੇ ਕੋਰਸ ਦੀ ਗ੍ਰੇਡਿੰਗ ਕਿਸ ਆਧਾਰ 'ਤੇ ਕਰਨੀ ਹੈ। ਉਹਦੇ ਵਿੱਚ ਐਂ ਨਹੀਂ ਹੈਗਾ ਬਈ ਤੁਹਾਨੂੰ ਇੱਕ ਬੁੱਕ ਦੇ ਤੀ, ਤੁਸੀਂ ਉਹ ਬੁੱਕ ਨੂੰ ਰੀਡ ਕਰਨਾ, ਰੱਟੇ ਮਾਰਨੇ, ਫਾਈਨਲ ਐਗਜ਼ਾਮ ਲਿਖਣਾ ਅਤੇ ਤੁਸੀਂ ਪਾਸ ਹੋ ਗਏ, ਇਹੋ ਜਿਹਾ ਕੁਛ ਨਹੀਂ ਹੈਗਾ ਇੱਥੇ। ਜਿਵੇਂ ਪ੍ਰੋਫੈਸਰ ਨੇ ਇੱਕ ਸਾਰਾ ਮਤਲਬ ਆਪਦਾ ਸਿਲੇਬਸ ਆਪ ਬਣਾਉਣਾ ਕਿ ਕਿਹੜੇ ਕਿਹੜੇ ਪੈਰਾਮੀਟਰਸ ਉਹ ਡਿਸਾਈਡ ਕਰਨਾ ਚਾਹੁੰਦਾ ਹੈ, ਕਿਹੜੇ ਕਿਹੜੇ ਪੈਰਾਮੀਟਰਸ ਉਹ ਬਣਾਉਣਾ ਚਾਹੁੰਦਾ ਹੈ ਜਿਹਦੇ 'ਤੇ ਤੁਹਾਨੂੰ ਉਹ ਇਵੈਲਿਊਏਟ ਕਰੂਗਾ ਕਿ ਤੁਹਾਡੀ ਗ੍ਰੇਡਿੰਗ ਕਿੰਨੀ ਆਊਗੀ, ਠੀਕ ਹੈ। ਸੋ ਇਹਦਾ ਕੋਈ ਸਟੈਂਡਰਡ ਜਾਂ ਜਰਨਲਾਈਜ਼ ਕੋਈ ਸਿਲੇਬਸ ਨਹੀਂ ਹੁੰਦਾ, ਬਈ ਇਹਨੂੰ ਫੋਰ ਗ੍ਰਾਂਟਿਡ ਵੀ ਨਹੀਂ ਲੈ ਸਕਦੇ ਬਈ ਮੰਨ ਲਓ ਹੁਣ ਜਿਵੇਂ ਮੇਰਾ ਫਸਟ ਸੈਮ ਕਲੀਅਰ ਹੋ ਗਿਆ, ਠੀਕ ਹੈ, ਜੋ ਪ੍ਰੋਫੈਸਰਸ ਮੇਰੇ ਸੀਗੇ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਇੱਥੇ ਆ ਰਹੇ ਹੋ ਤੁਹਾਨੂੰ ਸੇਮ ਪੜ੍ਹਾਉਣਗੇ। ਜਿਹਦਾ ਮਤਲਬ ਸਟ੍ਰੇਟ ਵੇ ਇਹ ਹੈ ਬਈ ਇਹਦਾ ਮਤਲਬ ਤੁਸੀਂ ਐਂ ਸਮਝ ਲਓ ਵੀ ਜੋ ਵੀ ਪ੍ਰੋਫੈਸਰ ਨਵਾਂ ਆ ਰਿਹਾ ਨਾ, ਉਹਨੇ ਆਪਦੀ ਮਰਜ਼ੀ ਨਾਲ ਹੀ ਡਿਜ਼ਾਈਨ ਕਰਨਾ। ਸੋ ਇਹਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਕਿ ਜੋ ਫੋਰਮੈਟ ਨਾਲ ਅਸੀਂ ਕੋਰਸ ਕਲੀਅਰ ਕੀਤਾ ਉਸੇ ਫੋਰਮੈਟ 'ਚ ਤੁਹਾਨੂੰ ਮਿਲੂਗਾ। ਪਹਿਲਾਂ ਸਾਡਾ ਸੀਗਾ HR ਹਿਊਮਨ ਰਿਸੋਰਸ ਮੈਨੇਜਮੈਂਟ, ਉਹਦੇ ਵਿੱਚ ਸਾਨੂੰ ਪ੍ਰੈਜੈਂਟੇਸ਼ਨ ਦੇ ਲਈ ਪ੍ਰੋਫੈਸਰ ਨੇ ਟੀਮ ਬਣਾਤੀਆਂ ਸੀਗੀਆਂ, ਚਾਰ ਚਾਰ ਪੰਜ ਪੰਜ ਸਟੂਡੈਂਟਸ ਦੀਆਂ, ਡਿਪੈਂਡਿੰਗ ਅਪੋਨ ਟੋਟਲ ਨੰਬਰ ਆਫ ਸਟੂਡੈਂਟਸ ਕਲਾਸ 'ਚ ਕਿੰਨੇ ਆ ਅਤੇ ਟੋਟਲ ਨੰਬਰ ਆਫ ਪ੍ਰੈਜੈਂਟੇਸ਼ਨਸ ਉਹ ਕਿੰਨੀਆਂ ਲੈ ਸਕਦੇ ਹੈ, ਕਿਉਂਕਿ ਕੋਰਸ ਜਿਹੜਾ ਇਹ ਸਾਡਾ ਟਾਈਮ ਬਾਉਂਡ ਹੁੰਦਾ, ਹੈ ਨਾ, ਵੀ ਜਿਵੇਂ ਇੱਕ ਸਮੈਸਟਰ ਦੇ ਵਿੱਚ ਉਹਨਾਂ ਨੇ ਤਿੰਨ ਸਬਜੈਕਟ ਸਾਡੇ ਕੰਪਲੀਟ ਕਰਾਉਣੇ ਸੀਗੇ, ਦੋ ਸਬਜੈਕਟਸ ਨੂੰ ਪੈਰਲਰਲੀ ਚਲਾਤਾ ਸੀ ਅਤੇ ਇੱਕ ਸਬਜੈਕਟ ਸਾਡਾ ਇੱਕ ਮਹੀਨੇ ਦੇ ਵਿੱਚ ਉਹਨਾਂ ਨੇ ਕਲੀਅਰ ਕੀਤਾ ਸੀਗਾ। ਸੋ ਇਹਨਾਂ ਦੀ ਹਰ ਚੀਜ਼ ਟਾਈਮ ਬਾਉਂਡ ਹੁੰਦੀ ਹੈ ਨਾ, ਇਹਨਾਂ ਨੂੰ ਇੱਕ ਡੈਡਲਾਈਨ ਦੇ ਦਿੱਤੀ ਜਾਂਦੀ ਹੈ ਯੂਨੀਵਰਸਿਟੀ ਵੱਲੋਂ ਕਿ ਇਸ ਡੇਟ ਤੱਕ ਤੁਸੀਂ ਸਾਨੂੰ ਰਿਜ਼ਲਟ ਸਬਮਿਟ ਕਰਨਾ। ਸੋ ਇਹ ਡਿਪੈਂਡ ਕਰਦਾ ਕਿਵੇਂ ਇਹ ਡਿਜ਼ਾਈਨ ਕਰਦੇ ਹੈ, ਠੀਕ ਹੈ, ਕਿਉਂਕਿ ਸਾਡੀ ਜਿਵੇਂ ਕਲਾਸਾਂ ਇੱਕ ਦਿਨ ਹੁੰਦੀਆਂ ਪੂਰੇ ਹਫ਼ਤੇ ਦੀਆਂ 6 ਘੰਟਿਆਂ ਦੀ, ਠੀਕ ਹੈ, ਅਤੇ ਉਹਦੇ ਵਿੱਚ ਇਹਨਾਂ ਨੇ ਕੀ ਕਰਨਾ, ਕਿਵੇਂ ਇਹਨਾਂ ਨੇ ਐਗਜ਼ੀਕਿਊਸ਼ਨ ਕਰਨੀ ਹੈ, ਸਾਰਾ ਡਿਪੈਂਡ ਕਰਦਾ ਕੋਰਸ 'ਤੇ, ਟਾਈਮ 'ਤੇ, ਹਰ ਚੀਜ਼ 'ਤੇ, ਠੀਕ ਹੈ। ਜਿਵੇਂ ਮੈਂ ਦੱਸ ਰਿਹਾ ਸੀ HR ਦਾ ਸਾਡਾ ਇਹਨਾਂ ਨੇ ਪ੍ਰੈਜੈਂਟੇਸ਼ਨਾਂ ਦੇ ਲਈ ਰੈਂਡਮ ਟੀਮਸ ਬਣਾਤੀਆਂ, 4-5 ਸਟੂਡੈਂਟ ਸੀਗੇ, ਠੀਕ ਹੈ, ਜੋ ਅਸੀਂ ਪ੍ਰੈਜੈਂਟ ਕਰਨਾ ਸੀਗਾ ਟੋਪਿਕ ਅਸਾਈਨ, ਜਿਵੇਂ ਇੱਕ ਸਾਨੂੰ ਲਿਸਟ ਦਿੱਤੀ ਸੀ ਅਤੇ ਲਿਸਟ ਨਹੀਂ ਸੋਰੀ ਹਾਂ
ਟੀਮ ਨੂੰ ਇੱਕ ਟੌਪਿਕ ਅਸਾਈਨ ਕਰਤਾ ਸੀ ਪ੍ਰੋਫੈਸਰ ਨੇ ਉਹਦੀ ਮਰਜ਼ੀ ਨਾਲ ਕਿ ਤੁਹਾਡਾ ਆਹ ਟੌਪਿਕ ਹੈ, ਤੁਸੀਂ ਇਹਦੇ 'ਤੇ ਤੁਹਾਡੀ ਆਪਦੀ ਟੀਮ ਦੇ ਨਾਲ ਤੁਸੀਂ ਰਲ ਕੇ ਪ੍ਰੈਜੈਂਟੇਸ਼ਨ ਬਣਾਉਣੀ ਹੈ। ਅਤੇ ਇਸ ਤਰ੍ਹਾਂ ਨਾਲ ਮਤਲਬ ਹਰ ਚੀਜ਼ ਦਾ ਨਾ ਇੱਕ ਪ੍ਰਪੋਰਸ਼ਨ ਜੋੜਿਆ ਜਾਂਦਾ ਤੁਹਾਡੀ ਗ੍ਰੇਡਿੰਗ ਵਾਸਤੇ, ਠੀਕ ਹੈ। ਜਿਹਦੇ 'ਚ ਜਿਵੇਂ ਤੁਹਾਡੀ ਪ੍ਰੈਜੈਂਟੇਸ਼ਨ ਆ ਗਈ, ਅਸਾਈਨਮੈਂਟਸ ਆ ਗਈਆਂ, ਉਸ ਤੋਂ ਬਾਅਦ 'ਚ ਤੁਹਾਡਾ ਕਲਾਸ ਪਾਰਟੀਸਪੇਸ਼ਨ ਆ ਗਈ, ਫਾਈਨਲ ਪੇਪਰ ਆ ਗਿਆ, ਹੈ ਨਾ। ਸੋ ਇਸ ਤਰ੍ਹਾਂ ਨਾਲ ਹਰੇਕ ਪ੍ਰੋਫੈਸਰ ਆਪਦੀ ਮਰਜ਼ੀ ਨਾਲ ਬਣਾਉਂਦੇ, ਬਈ ਕੋਈ ਤਾਂ ਅਸਾਈਨਮੈਂਟਸ ਨੂੰ ਵੈਲਿਊ ਜ਼ਿਆਦਾ ਕਰਦਾ, ਕੋਈ ਪ੍ਰੈਜੈਂਟੇਸ਼ਨ ਨੂੰ, ਕੋਈ ਜਿਵੇਂ ਰੋਲ ਪਲੇਸ ਹੋ ਗਏ। ਸੋ ਇਹ ਡਿਪੈਂਡ ਕਰਦਾ ਯਾਰ, ਇਹਦਾ ਕੋਈ ਫਿਕਸ ਜਾਂ ਹਾਰਡ ਐਂਡ ਫਾਸਟ ਨਹੀਂ ਹੈਗਾ ਕਿ ਇਹ ਫੋਰਮੈਟ ਹੈ ਇੱਥੇ ਸਟੱਡੀ ਦਾ। ਸੋ ਸਾਡੀ ਪ੍ਰੈਜੈਂਟੇਸ਼ਨ ਹੋਈ ਸੀ, ਉਸ ਤੋਂ ਬਾਅਦ 'ਚੋਂ ਕਲਾਸ ਪਾਰਟੀਸਪੇਸ਼ਨ ਹੁੰਦੀ ਹੈ। ਕਲਾਸ ਪਾਰਟੀਸਪੇਸ਼ਨ ਦੇ ਵਿੱਚ ਜਿਵੇਂ ਕੋਈ ਗੇਮਸ, ਮਤਲਬ ਕਿਸੇ ਤਰ੍ਹਾਂ ਦਾ ਰੋਲ ਪਲੇ ਹੋ ਗਿਆ, ਹੈ ਨਾ, ਜਾਂ ਗਰੁੱਪ ਡਿਸਕਸ਼ਨਸ ਹੋ ਗਈ, ਜਾਂ ਤੁਹਾਨੂੰ ਇੱਕ ਜਿਵੇਂ ਕਲਾਸ ਦੇ ਵਿੱਚ ਹੀ ਟੀਮਸ ਬਣਾ ਕੇ ਉਹਨਾਂ ਨੇ ਕਹਿ ਦੇਣਾ ਕਿ ਤੁਸੀਂ ਮਤਲਬ ਆਹ ਸਿਚੁਏਸ਼ਨ ਹੈ, ਇਹਦੇ 'ਚ ਕਿਵੇਂ ਰਿਐਕਟ ਕਰੋਗੇ, ਉਹ ਸਾਰਾ ਕਰਕੇ ਦਿਖਾਓ। ਸੋ ਇਹ ਸਾਰੀਆਂ ਚੀਜ਼ਾਂ, ਜਾਂ ਜਿਵੇਂ ਲੈਕਚਰ ਦੇ ਰਿਹਾ, ਠੀਕ ਹੈ, ਕੁਸਚਨਿੰਗ ਕਰਦਾ ਪ੍ਰੋਫੈਸਰ, ਤੁਸੀਂ ਉਹਦੇ ਕਿੰਨੇ ਕੁ ਆਂਸਰ ਦੇ ਰਹੇ ਹੋ, ਜਾਂ ਕਿੰਨਾ ਕੁ ਪ੍ਰੂਵ ਕਰੀ ਜਾਂਦੇ ਹੋ ਪ੍ਰੋਫੈਸਰ ਨੂੰ ਕਿ ਤੁਹਾਨੂੰ ਉਸ ਫੀਲਡ ਦੀ ਨੌਲੇਜ ਹੈ, ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਕਾਊਂਟ ਹੁੰਦੀਆਂ ਕਿਤੇ ਨਾ ਕਿਤੇ। ਤੁਹਾਡੀ ਅਟੈਂਡੈਂਸ ਦੇ ਪੋਰਸ਼ਨ ਹੋ ਗਿਆ, ਉਹਦੀ ਕੁਛ ਪਰਸੈਂਟੇਜ ਹੁੰਦੀ ਹੈ ਗ੍ਰੇਡਸ ਦੇ ਵਿੱਚ। ਸੋ ਸਾਰਾ ਕੈਲਕੂਲੇਟ ਕਰਕੇ ਕਿਊਮੂਲੇਟਿਵ ਪਰਸੈਂਟੇਜ ਬਣਾਉਂਦੇ ਹੁੰਦੇ ਆ, ਵੀ ਤੁਹਾਡੀ ਕਿੰਨੀ ਪਰਸੈਂਟ ਤੁਹਾਡੀ ਬਣੀ ਹੈ, ਕਿੰਨੇ ਗ੍ਰੇਡ ਤੁਹਾਡੇ ਬਣੇ ਹੈ, ਠੀਕ ਹੈ। ਇਹ ਐਚ ਆਰ ਦਾ ਸੀ, ਉਹ ਵੀ ਔਰਗਨਾਈਜੇਸ਼ਨ ਬਿਹੇਵੀਅਰ ਸਾਡਾ ਦੂਜਾ ਸਬਜੈਕਟ ਸੀ। ਉਹਦੇ 'ਚ ਸਾਨੂੰ ਕੀ ਕੀਤਾ ਪ੍ਰੋਫੈਸਰ ਨੇ ਕਿ ਪ੍ਰੈਜੈਂਟੇਸ਼ਨ ਤਾਂ ਇੱਕ ਕੋਮਨ ਜਾਂ ਇੱਕ ਕੋਮਨ ਥਿੰਗ ਹੈ, ਠੀਕ ਹੈ, ਉਹ ਤਾਂ ਪ੍ਰੈਜੈਂਟੇਸ਼ਨ ਤਾਂ ਹੋਣੀ ਹੋਣੀ ਹੈ ਤੁਹਾਡੀ। ਅਤੇ ਐਚ ਆਰ ਦੇ ਵਿੱਚ ਸਾਡਾ ਜਿਵੇਂ ਗਰੁੱਪ ਪੇਪਰ ਲੈ ਲਿਆ ਸੀਗਾ, ਫਾਈਨਲ ਜਿਹੜਾ ਐਸੇ ਹੁੰਦਾ, ਠੀਕ ਹੈ, ਉਹ ਵੀ ਮਤਲਬ ਪ੍ਰੋਫੈਸਰ ਦੱਸਦਾ ਕਿੰਨੇ ਵਰਡਸ ਆ ਉਹਨਾਂ ਨੂੰ ਮਿਨੀਮਮ ਚਾਹੀਦਾ, ਜਾਂ ਕੀ ਉਹਨਾਂ ਦੇ ਰਿਊਬਰਿਕ ਹੈ ਜਾਂ ਪੈਰਾਮੀਟਰਸ ਹੈ ਜਿਹੜੇ 'ਤੇ ਉਹ ਕੈਲਕੂਲੇਟ ਕਰੂਗਾ ਤੁਹਾਡੇ ਮਾਰਕਸ, ਠੀਕ ਹੈ। ਜਿਵੇਂ ਮਿਨੀਮਮ 10 ਤੋਂ 12 ਰੈਫਰੈਂਸਿਸ ਚਾਹੀਦੇ ਹੁੰਦੇ ਹੈ, ਕੋਈ ਕਹਿੰਦਾ ਮਿਨੀਮਮ 10 ਤੋਂ 12 ਚਾਹੀਦੇ ਆ, ਕੋਈ ਕਹਿੰਦਾ ਕਿ ਜੀ ਜਿਵੇਂ ਹੁਣ ਆਪਾਂ ਆਪਦਾ ਐਸੇ ਹੀ ਆਪਦੀ ਬੁੱਕ ਦੇ ਚੈਪਟਰ ਦੇ ਆਧਾਰ 'ਤੇ ਲਿਖਣਾ, ਹੈ ਨਾ। ਸੋ ਉਹਦੇ 'ਚ ਤਾਂ ਆਪਣੇ ਹਾਰਡਲੀ 2-4 ਰੈਫਰੈਂਸਿਸ ਹੀ ਹੋਣਗੇ। ਸੋ ਇਹ ਡਿਪੈਂਡ ਕਰਦਾ ਕੋਰਸ ਟੂ ਕੋਰਸ, ਪ੍ਰੋਫੈਸਰ ਟੂ ਪ੍ਰੋਫੈਸਰ, ਉਹਨਾਂ ਨੇ ਕਿਹੜੇ ਆਧਾਰ 'ਤੇ ਤੁਹਾਡਾ ਜਿਹੜਾ ਹੈਗਾ ਸਿਲੇਬਸ ਡਿਜ਼ਾਈਨ ਕਰਨਾ, ਅਤੇ ਉਸ ਆਧਾਰ 'ਤੇ ਹੀ ਤੁਹਾਨੂੰ ਜੋ ਹੈ ਮਾਰਕਿੰਗ ਮਿਲਦੀ ਹੈ। ਬਟ ਇਹਦੇ ਵਿੱਚ ਇੰਨਾ ਹੁੰਦਾ ਕਿ ਜਿੰਨਾ ਤੁਸੀਂ ਰਿਸਰਚ ਵਰਕ ਕਰ ਸਕਦੇ ਹੋ ਨਾ, ਜਿੰਨਾ ਤੁਸੀਂ ਕਨਸੈਪਟ ਨੂੰ ਸਮਝੋਗੇ ਜਿੰਨਾ ਸਮੂਥਲੀ, ਉਹਨੇ ਸਮੂਥਲੀ ਤੁਹਾਡੇ ਪਰਸੈਂਟੇਜ ਬਣ ਜਾਂਦੀ ਹੈ, ਠੀਕ ਹੈ। ਐਂ ਨਹੀਂ ਹੈਗਾ ਬਈ ਆਪਾਂ ਸਿਰਫ ਕਿਤਾਬਾਂ ਕਾਲੀਆਂ ਕਰਨੀਆਂ, ਰੱਟੇ ਮਾਰਨੇ ਆ, ਫਾਈਨਲ ਪੇਪਰ ਲਿਖਣਾ। ਫਾਈਨਲ ਪੇਪਰ ਨਾਲ ਮਤਲਬ ਨਾਮ ਦਾ ਸਾਡਾ ਕੁਛ ਨਹੀਂ ਹੁੰਦਾ, ਠੀਕ ਹੈ। ਫਾਈਨਲ ਐਸੇ ਬੇਸਿਕਲੀ ਕੀ ਹੁੰਦਾ, ਇੱਕ ਪ੍ਰੋਫੈਸਰ ਨੇ ਤੁਹਾਨੂੰ ਟੌਪਿਕ ਦੇ ਦੇਣਾ, ਤੁਹਾਨੂੰ ਪੈਰਾਮੀਟਰਸ ਦੱਸ ਦੇਣੇ ਆ ਬਈ ਮੈਨੂੰ ਆਹ ਕੁਛ ਚਾਹੀਦਾ, ਜਿਵੇਂ ਕੇਸ ਸਟੱਡੀਜ਼ ਤੁਸੀਂ ਸ਼ੋ ਕਰਨੀ ਆ, ਉਸ ਤੋਂ ਬਾਅਦ 'ਚੋਂ ਕਿਹੜੇ ਆਰਟੀਕਲ ਤੋਂ ਤੁਸੀਂ ਆਪਦਾ ਰੈਫਰ ਕਰ ਰਹੇ ਹੋ, ਉਹ ਸਾਰਾ ਏ ਪੀ ਏ ਫੋਰਮੈਟਿੰਗ ਹੁੰਦੀ ਹੈ ਬੇਸਿਕਲੀ। ਜਦੋਂ ਤੁਸੀਂ ਇੱਥੇ ਆਓਗੇ ਏ ਪੀ ਏ ਫੋਰਮੈਟਿੰਗ ਤੁਸੀਂ ਸਮਝ ਜਾਓਗੇ ਕੀ ਹੁੰਦਾ, ਹੈ ਨਾ, ਬਈ ਸਟੈਂਡਰਡ ਇੱਕ ਪੇਪਰ ਨੂੰ ਕਿਵੇਂ ਫੋਰਮੈਟ ਕਰਨਾ, ਕਿਵੇਂ ਸਾਈਟੇਸ਼ਨਸ, ਰੈਫਰੈਂਸਿਸ, ਉਹ ਸਾਰਾ ਕੁਛ ਹੁੰਦਾ। ਸੋ ਆਪਣੇ ਇੰਡੀਆ ਵਿੱਚ ਮੈਂ ਕਦੇ ਨਹੀਂ ਯੂਜ਼ ਕੀਤਾ ਸੀ ਏ ਪੀ ਏ, ਇੱਥੇ ਆ ਕੇ ਹੀ ਸਿੱਖਣੀ ਪੈਂਦੀ ਹੈ ਆਪਾਂ ਨੂੰ, ਸਪੈਸ਼ਲੀ ਸਟੂਡੈਂਟਸ ਕਮਿੰਗ ਫਰੋਮ ਇੰਡੀਆ, ਹੈ ਨਾ। ਮੈਨੂੰ ਨਹੀਂ ਪਤਾ ਵੀ ਹੋਰ ਯੂਨੀਵਰਸਿਟੀਜ਼ ਕੋਈ ਹੈ ਉੱਥੇ ਜੋ ਏ ਪੀ ਏ ਅਡੋਪਟ ਕਰਦੀ ਹੈ ਕਿ ਨਹੀਂ ਕਰਦੀ, ਬਟ ਮੈਂ ਆਪਦੀ ਲਾਈਫ 'ਚ ਕਦੇ ਏ ਪੀ ਏ ਯੂਜ਼ ਨਹੀਂ ਕੀਤਾ ਸੀ। ਸੋ ਇੱਥੇ ਆ ਕੇ ਅਸੀਂ ਏ ਪੀ ਏ ਸਿੱਖਿਆ। ਸੋ ਇੱਕ ਆਹ ਮੇਨ ਚੀਜ਼ ਹੈ। ਉਸ ਤੋਂ ਬਾਅਦ 'ਚੋਂ ਆ ਗਿਆ ਆਪਣਾ ਸਮੈਸਟਰ ਕਿਵੇਂ ਹੁੰਦੇ ਆ, ਸਮੈਸਟਰ ਦਾ ਵੀ ਮੈਨੂੰ ਕੁਸਚਨ ਆਉਂਦਾ ਹੁੰਦਾ। ਸਮੈਸਟਰ ਦਾ ਦੇਖੋ ਐਂ ਹੈ, ਸਾਡੇ 4 ਸਮੈਸਟਰ ਹੈ ਮਾਸਟਰ ਆਫ ਮੈਨੇਜਮੈਂਟ, 2 ਸਾਲ ਦੀ ਡਿਗਰੀ ਹੈ, ਠੀਕ ਹੈ। ਸੋ ਪਹਿਲਾਂ ਜਿਵੇਂ ਔਨ ਐਵਰੇਜ ਸਾਡਾ ਹੁੰਦਾ ਸੈਪਟੰਬਰ ਸ਼ੁਰੂ ਹੋਇਆ ਸੀ, ਅਕਟੂਬਰ, ਨਵੰਬਰ, ਦਸੰਬਰ, 3 ਮਹੀਨੇ ਦਾ ਸਾਡਾ ਸਮੈਸਟਰ ਹੈ, ਠੀਕ ਹੈ। ਪਹਿਲਾ ਸਮੈਸਟਰ ਜਿਵੇਂ ਦਸੰਬਰ 'ਚ ਖਤਮ ਕਰਤਾ ਇਹਨਾਂ ਨੇ, ਦੂਸਰਾ ਸਮੈਸਟਰ ਸਾਡਾ ਜਨਵਰੀ 'ਚ ਸ਼ੁਰੂ ਹੋਇਆ, ਠੀਕ ਹੈ, ਫਰਵਰੀ, ਮਾਰਚ, ਮਾਰਚ ਦੇ ਨੇੜੇ ਤੇੜੇ ਇਹ ਮੁੱਕ ਜੂਗਾ, ਠੀਕ ਹੈ। ਉਸ ਤੋਂ ਬਾਅਦ 'ਚੋਂ ਜਿਹੜਾ ਥਰਡ ਸਮੈਸਟਰ ਹੈ ਉਹ ਸਾਡਾ ਸ਼ੁਰੂ ਹੋਊਗਾ ਸਪਟੈਂਬਰ ਦੇ ਵਿੱਚ। ਮਤਲਬ ਜਿੰਨਾ ਕੁ ਮੈਨੂੰ ਪਤਾ, ਮੈਂ ਮਤਲਬ 4
100% श्योर नहीं हैगा इहदे ते। अगला साडा क्योंकि अप्रैल दे विच साडी फेर ही डिग्री खत्म होगी ना, मतलब एक सेमेस्टर दा गैप आ जांदा, मतलब उहदे च आपां फुल टाइम काम कर सकते हैं कुछ भी, है ना, मतलब उहदे च अपना पढ़ाई नहीं होंगी, एक सेमेस्टर दा ऑफ हुंदा। फिर सितंबर तो लैके जनवरी तक, जनवरी तो लैके अप्रैल तक, मार्च अप्रैल तक। सो इस तरह नाल साढ़े चार सेमेस्टर होंगे है मास्टर ऑफ मैनेजमेंट के, तो फिर थोड़ी 2 साल की डिग्री काउंट होंगी है। हुण जिहड़ा फोर्थ सेमेस्टर है वो तुहाडा प्रोजेक्ट भी हो सकता है, ठीक है, कोर्स भी हो सकता है, इंटर्नशिप भी हो सकती है। ये तीन ऑप्शन होंगे आ, डिपेंड करता अपनी GPA किन्नी बनी जाती है, उस अकॉर्डिंग आपको असाइन करते हैं। बई इंटर्नशिप वास्ते एक मिनिमम इन्होंने थ्रैशहोल्ड रखा हुआ है, जे मतलब इफ आई एम नॉट रॉन्ग 3.67 समथिंग, 3.67 ऐ जो कुछ है, ठीक है, 3.7 रफली GPA थोड़ी होनी चाहिए 3 सेमेस्टर की। जे 3 सेमेस्टर की GPA थोड़ी 3.67 कुछ बनी जाती है, ठीक है, फिर थोनों एक लैटर देंगे कि तुसी इंटर्नशिप ले इलीजिबल हो, ते इंटर्नशिप तुसी करनी कितने है तुसी चूज करना है। फिर एक प्रोफेसर तो अप्रूवल लेनी होंगी है, जो कि इंटर्नशिप नू सारा चेक करता है, इवेल्यूएट करता है कि थोड़ी इंटर्नशिप तुसी सही कर रहे हो या नहीं कर रहे, है ना। प्रोफेसर जिहड़ा भी अपना सुपरवाइजर हो जिथे आपां इंटर्नशिप करी जाने हैं उहदे नाल सारा फॉलोअप रखता है कि परफॉर्मेंस किवें है, ठीक है, स्टूडेंट परफॉर्म कर रहे हैं कि नहीं कर रहे हैं। सो सारिया चीज़ों पर वो इवेल्यूएट करता है, एक तरह का ही तुहाडा सेमेस्टर होंगे फोर्थ। इन केस तुहाडी GPA नहीं बनती 3.67, ठीक है, उस केस दे विच या तो तुसी कोर्स लेने होंगे है, 3 सब्जेक्ट लेने होंगे है, या तुसी प्रोजेक्ट करना होंगे एक, जेड़ा प्रोजेक्ट एज आ तुहाडा जेड़ा होगा सेमेस्टर वजों ही होगा। सो उहदे विच भी रिसर्च वर्क काफ़ी आ जाता है, बट ज़्यादातर स्टूडेंट्स जिन्ने क मैनू पता चलिया, मतलब जे उन्हां दी GPA नहीं बनती इंटर्नशिप वास्ते, फिर वो कोर्सेज ले जाते हैं, क्योंकि 3 सेमेस्टर आपां कोर्स कढ़े होंगे है, सो एक रफ आइडिया होंगे है ना कि कोर्स से काम करना किवें, सो तां करके कोर्स में ज़्यादा प्रेफर करते हैं। हाँ अपनी चॉइस है, मतलब प्रोजेक्ट करना है कि कोर्स करना है, क्योंकि 99% तो स्टूडेंट्स यही चाहते कि इंटर्नशिप लग जाए, है ना, बट इंटर्नशिप का GPA क्लीयर करना वो काफ़ी टफ हो जाता है। सो हुण जिवें मेरा सैकेंड सेमेस्टर चल रहा है ना, ये हुण इन्होंने किवें डिजाइन किया है, प्रोफेसर ने एक रैंडम टीम बनाती साडी कोर्स शुरू होने तो पहले ही, तो साडा फाइनल पेपर भी नहीं लेना, ठीक है, मतलब ये प्रोफेसर की आपकी मर्जी है, उन्हें कहा भी मैं फाइनल पेपर भी नहीं लेना। वो की हम उन्होंने की करना, प्रोफेसर ने कि सानू असाइनमेंट्स देंगे, ठीक है, आर्टिकल्स स्टडी करने, आर्टिकल रिव्यू करना, और दो बाद चो प्रोजेक्ट बनाना, एक बिजनेस प्रोजेक्ट टाइप डिजाइन करना है, ठीक है, और आप प्रेजेंटेशन भी देनी है, सो प्रोजेक्ट बेस्ड ही साड़ी प्रेजेंटेशन होगी, ठीक है, इस तरह नाल टीम ते ही साड़ा वो सारा सेट था जिहड़ी ग्रेडिंग होगी। सो है तो साड़ी एक क्लास ही हुई है, पता नहीं मतलब जदों सेकंड क्लास हुई उदों किवें की सारा कुछ चलूगा, उहदे बारे हरे कुछ नहीं पता। इसे तरह नाल एक साडा जिवें डाइवर्सिटी मैनेजिंग मैनेजरियल डाइवर्सिटी मैनेजिंग डाइवर्सिटी सॉरी मैनेजिंग डाइवर्सिटी एक कोर्स है सैकेंड सेम का, उहदे भी प्रोफेसर ने ऐं आख्या भी मैं तां मतलब एक प्रेजेंटेशन लैनी है, 2 असाइनमेंट्स देनी है, उस बाद तुहाडा फाइनल पेपर होगा, फाइनल एसे। सो एसे लिखना होंगे, ठीक है, एसे भी डिपेंड करता है उन्होंने की है, जिमें 1500 तो 2000 वर्ड का होंगे, APA फॉरमेटिंग करनी है, साइटेशन रेफरेंसिस वो सारा ध्यान रखना होंगे, तो कुछ प्रोफेसर होंगे वो कहें सानू 2500 मिनिमम वर्ड है, ठीक है, कुछ कहें कि 1500 मिनिमम वर्ड है, मैक्सिमम जिन्हें मर्जी लिख लो, ठीक है, इस तरह नाल भी होंगे। हम साडा एक जो सब्जेक्ट असी क्लीयर किया फर्स्ट सेम के मैनेजरियल एथिक्स के नाम तो सीगा, वो साढ़े एक सब्जेक्ट पढ़ाने के 3 प्रोफेसर आते सीगे, मतलब साड़ी क्लास के, मतलब साढ़े 3 कोहोर्ट है, 3 सैक्शन है मास्टर ऑफ मैनेजमेंट के करंटली जो चली जाते, ठीक है, सो वो रोटेट होकर आते रहते, जिमें आधा टाइम एक प्रोफेसर ने आपकी क्लास से पढ़ाता, फिर दूसरे सैक्शन वाला प्रोफेसर अपनी क्लास च आ गया, फिर तीजे
सैक्शन वाला प्रोफेसर अपनी क्लास च आ गए। सो रोटेट होके पढ़ाते होंगे सी। सो इन्होंने पेपर भी साढ़े तो तीन ले, मतलब ऐसे तीन लिखाए थे, ठीक है। सो इस तरह नाल भाई कुछ भी प्रिडिक्टेबल नहीं है, डिपेंड करता थोड़े प्रोफेसर से, ओदा कोर्स वह किवें डिजाइन करना चाहता है, किवें वह ग्रेडिंग करना चाहता है। सो वह सारिया चीज़ा मतलब कोई थोनों जरनल कोई ओवरव्यू नहीं दे सकता भी किवें जाऊगा थोड़ा मास्टर ऑफ मैनेजमेंट प्रोग्राम, बट हाँ इंट्रस्टिंग है, मज़ा आता है जे ती इंट्रस्टिड है बिजनेस के कोई जिमें बैकग्राउंड है। बैकग्राउंड जरूरी नहीं है, बैकग्राउंड जो नहीं भी है, इफ यू आर इंट्रस्टिड इन बिजनेस सब्जेक्ट्स तो तुम इंजॉय करोगे, यह कोई गल नहीं है। तो एक मैं होर बहुत क्वेश्चन आता भी जॉब्स का इतने कहोजा स्कोप है। यार मैं बहुत सिंपल जी गल कहना, मेरे नाल जो भी कोई गल करता जॉब नू लैके, देखो डिपेंड करता थोड़ी स्किल ते, ठीक है। जे तो तुम आपकी लिविंग अर्न करनी है तो जॉब मिलनी कोई वड्डी गल नहीं, जिथे तुम फिल्टर जिमें जिमें ऐड करी जाओगे कि मैं आ नहीं चाहिए आ चाहिए, जे आ चाहिए तो इस रूप में चाहिए है ना, वोदे ऑप्शन ऑटोमैटिकली घट जाएंगे, ठीक है। मैनू नहीं समझ आती भी लोग क्यों रौला पाते बई जॉब नहीं हैगी, जॉब नहीं मिलती, जॉब नहीं हैगी। यार तुसी पहली गल इतने स्टूडेंट बन के जे आन लगे हो है ना, ज़्यादा एक्सपैक्टेशन जॉब तो ना रखो, सिर्फ यह टारगेट रखो कि तुसी आपकी जो लिविंग एक्सपेंस है एटलीस्ट थोड़ा वह निकली जाए, ठीक है। क्योंकि जिमें हम अपने इतने फुल टाइम द स्टूडेंट्स नू राइट मिल गया, बट ये की है जो फुल टाइम स्टूडेंट्स है जिमें तुसी आन सार ही फुल टाइम के लिए फोकस्ड हो गए है ना, तुहाडी पढ़ाई बहुत कॉम्प्रोमाइज़ होगी। कनेडियन जो स्टडी है इंडिया की स्टडी नालों टोटली डिफरेंट है, ये तुसी पहले दो गल मान के चलो। जे तुसी हल्का जा भी तुहाडा डाइवर्ट हो गया या तुहाडे मतलब ग्रेड्स वधिया ना आए, सप्लियां आ गई है ना, वह कढ़निया बहुत औखिया हो जाएगियां। सो प्रायोरिटी जे तुसी स्टडी ते आ रहे हो, प्रायोरिटी हमेशा स्टडी नू दो। ते लिविंग एक्सपेंस जोगियां जॉब्स तो भाई इनिया कु जॉब्स है, मतलब कोई और कोई तुहानू दिक्कत नहीं होनी। हुण मेरे नाल इहो जे भी साढ़े कोर्ट दे स्टूडेंट्स है जिन्होंने फुल टाइम सिक्योर कर ली है जॉब, उन्होंने सैटिंग आ रही थी सो उन्होंने सिक्योर कर ली। सो बहुत सारिया एग्जाम्पल्स है जिन्होंने वधिया जॉब्स भी सिक्योर कर लिया। सो इट ऑल डिपेंड्स कि तुहाडा टैलेंट की है, तुहाडे स्किल्स की है, तुहाडा इंट्रस्ट की है, ठीक है। कितों ना कितों तुहानू बेस तो शुरू करना होगा, ठीक है। ऐ नहीं है कि जॉब नहीं मिलती। हुण मेरा जो इंट्रस्ट सीगा, मैं जिमें आपके बैचलर दे विच मैं कॉलेज दे विच इंडिया दे विच आईटी डिपार्टमेंट दे विच काम करता सी, मैनेजमेंट क्लब दे विच मैं काम किया उत्थे, ठीक है। आईटी दे विच मैं काम करता सी। सो चार महीने मैं खुद फ्री रहा, ठीक है। फिर कित जाके मैं मतलब यूनिवर्सिटी दे विच जॉब मिली है। हुण मैं वेला क्यों रहा सीगा, क्योंकि मेरे ते रिस्ट्रिक्शन लगी सी कि मैं ऑफ कैंपस काम नहीं कर सकता सी। इट डजेंट मीन कि जॉब नहीं हैगी सी या आपा कैपेबल है नहीं सी जॉब करन दे या जॉब लैन दे, है ना। मेरे जो भी परमिट ते रिस्ट्रिक्शन सी आपां उहनू ब्रीच नहीं कीतियां, आपां उहनू नहीं तोड़िया। सो आपां इह कोशिश कीती कि जो भी कंडीशनस है ना उनका मतलब रिस्पैक्ट करते हुए उन्होंने फॉलो करते हुए मैं ऑन कैंपस जॉब ही भाली है, ठीक है। सो मैं यूनिवर्सिटी से जॉब कर रहा आई टी डिपार्टमेंट के। सो मैं आपका काम इंजॉय कर रहा हूँ। जे मैं आखा कि मेरे मैनू कमाई घट है या मैं ये नहीं सोचा सी, इदू बैटर सोचा सी, इदू वध पैसे मैं कमाना चाहता सी। सो ये सारिया यार इलॉजिकल गल है ना। जे तुसी इंडिया च सोच इंडिया तो सोच के आओगे होम कंट्री तो कि ऐ मैं यही चाहना मैं, ठीक है, यही मैं पाना है, जे नहीं पाया तो मैं अनसैटिस्फाइड हाँ लाइफ च, तो यार इतने तुम कदे कोई सैटिस्फैक्शन ले ही नहीं सकते। तुहानू बहुत सारिया चीज़ा अक्सैप्ट करनिया पैंदियां। हुण जदों मैं इंडिया तो तुरिया मैं ऐ थोड़े सोचा सी भी मेरे पूरी यूनिवर्सिटी मेरे कल का केस ही होगा जिदे ते रिस्ट्रिक्शन लगूगी, ठीक है, ऑफ कैंपस काम करन दी। ते
ਮੈਨੂੰ ਸਟੱਡੀ ਪਰਮਿਟ ਵੀ ਘੱਟ ਟਾਈਮ ਦਾ ਮਿਲਿਆ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਨਾ ਬੜੀਆਂ ਅਨਪ੍ਰੈਡਿਕਟੇਬਲ ਹੁੰਦੀਆਂ ਆਪਣੇ ਵਾਸਤੇ। ਸੋ ਮੈਂਟਲੀ ਜੇ ਪ੍ਰਿਪੇਅਰ ਹੋ ਕੇ ਇੰਡੀਆ ਤੋਂ ਆਉਂਗੇ ਤਾਂ ਵਧੀਆ ਰਹੋਗੇ, ਹੈ ਨਾ। ਸੋ ਜੋਬ ਦਾ ਬਾਈ ਕੋਈ ਦਿੱਕਤ ਨਹੀਂ ਹੈ, ਜੋਬ ਤੁਹਾਨੂੰ ਮਿਲਦੀ ਹੈ। ਜੇ ਰੱਬ ਨਾ ਕਰੇ ਕੋਈ ਰਿਸਟ੍ਰਿਕਸ਼ਨ ਤੁਹਾਡੇ 'ਤੇ ਲੱਗਦੀ ਹੈ, ਔਨ ਕੈਂਪਸ ਵੀ ਤੁਸੀਂ ਜੋਬ ਲੈ ਸਕਦੇ ਹੋ, ਬਹੁਤ ਸਾਰੀਆਂ ਜੋਬਸ ਅਵੇਲੇਬਲ ਹੁੰਦੀਆਂ। ਸੋ ਹਰ ਬੰਦੇ ਦਾ ਹਿੱਲਾ ਵਸੀਲਾ ਬਾਈ ਹੋ ਜਾਂਦਾ, ਕੋਈ ਇਹੋ ਜਿਹੀ ਗੱਲ ਨਹੀਂ। ਹੋਪ ਵੀਡੀਓ ਵਧੀਆ ਲੱਗਿਆ ਹੋਊਗਾ। ਵੀਡੀਓ ਵਧੀਆ ਲੱਗਿਆ ਹੋਵੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਜੇ ਕੋਈ ਡਾਊਟ ਆਇਆ ਕੁਐਸਚਨ ਨੂੰ ਕਮੈਂਟ ਕਰਕੇ ਪੁੱਛੋ, ਮੈਂ ਉਹਦਾ ਆਂਸਰ ਕਰੂੰਗਾ। ਅਤੇ ਜੇ ਮੈਨੂੰ ਲੱਗਿਆ ਤਾਂ ਵੀਡੀਓ ਬਣਾ ਕੇ ਦੇਵਾਂਗੇ। ਵੀਡੀਓ ਦੇਖਣ ਲਈ ਥੈਂਕ ਯੂ ਐਂਡ ਟੇਕ ਕੇਅਰ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।